ਉਥੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵਾਅਦੇ ਪੂਰੇ ਨਾ ਹੋਣ ਤੇ ਆਪ ਸਰਕਾਰ ਨੂੰ ਘੇਰਿਆ। ਉਹਨਾਂ ਕਿਹਾ ਕਿ ਪੰਜਾਬ ਦੀ ਕਿਸੇ ਵੀ ਔਰਤ ਨੂੰ ਹਾਲੇ ਤੱਕ 1000 ਰੁਪਇਆ ਨਹੀਂ ਮਿਲਿਆ। ਸੋ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਪ ਸਰਕਾਰ ਨੂੰ ਘੇਰਿਆ ਅਤੇ ਉਹਨਾਂ ਨਿਸ਼ਾਨਾ ਸਾਧਿਆ ਕਿਹਾ ਕਿ ਆਪਣੇ ਵਾਅਦੇ ਮੁਤਾਬਿਕ ਕਿਸੇ ਵੀ ਔਰਤ ਨੂੰ ਹਾਲੇ ਤੱਕ ਸੂਬੇ ਵਿੱਚ 1000 ਰੁਪਇਆ ਨਹੀਂ ਮਿਲਿਆ। ਪੰਜਾਬ ਦੇ ਵਿੱਤੀ ਹਾਲਾਤ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਚੁੱਕੇ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਖਜ਼ਾਨੇ ਨੂੰ ਹੈਲੀਕਾਪਟਰਾਂ 5-4 ਹੋਟਲਾਂ ਤੇ ਉਡਾਓਗੇ ਤਾਂ ਮਾਲੀ ਸੰਕਟ ਤਾਂ ਆਵੇਗਾ ਹੀ। ਨਜਾਇਜ਼ ਮਾਈਨਿੰਗ ਨੂੰ ਰੋਕਣ ਵਿੱਚ ਵੀ ਆਪ ਸਰਕਾਰ ਫੇਲ ਹੋਈ ਹੈ, ਕਹਿਣਾ ਹੈ ਮਨਜਿੰਦਰ ਸਿੰਘ ਸਿਰਸਾ ਦਾ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਖਜ਼ਾਨੇ ਨੂੰ ਹੈਲੀਕਾਪਟਰ ਉਡਾਉਣਾ ਤੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਤੇ ਕੇਜਰੀਵਾਲ ਜੀ ਦੇ ਖਰਚਣਾ ਹੈ ਤਾਂ ਫਿਰ ਇਹ ਖਜ਼ਾਨਾ ਖਾਲੀ ਰਹੇਗਾ। ਸੋ ਜੇ ਵਿਚਕਾਰ ਨਿਸ਼ਾਨਾ ਉਹਨਾਂ ਨੇ ਸਾਧਿਆ ਆਮ ਆਦਮੀ ਪਾਰਟੀ ਤੇ, ਕਿਹਾ ਕਿ ਪੰਜਾਬ ਦੀ ਕਿਸੇ ਵੀ ਔਰਤ ਨੂੰ ਹਾਲੇ ਤੱਕ 1000 ਰੁਪਇਆ ਨਹੀਂ ਮਿਲਿਆ, ਜਿਸ ਦਾ ਕਿ ਵਾਅਦਾ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕੀਤਾ ਸੀ। ਪੰਜਾਬ ਦੇ ਵਿੱਤੀ ਹਾਲਾਤ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਖਜ਼ਾਨੇ ਨੂੰ ਹੈਲੀਕਾਪਟਰਾਂ 5-4 ਹੋਟਲਾਂ ਤੇ ਉਡਾਓਗੇ ਤਾਂ ਮਾਲੀ ਸੰਕਟ ਤਾਂ ਆਵੇਗਾ ਹੀ। ਨਜਾਇਜ਼ ਮਾਈਨਿੰਗ ਨੂੰ ਰੋਕਣ ਵਿੱਚ ਵੀ ਆਪ ਸਰਕਾਰ ਫੇਲ ਹੋਈ ਹੈ, ਕਹਿਣਾ ਹੈ ਮਨਜਿੰਦਰ ਸਿੰਘ ਸਿਰਸਾ ਦਾ। ਇਸ ਬਾਬਤ ਉਹਨਾਂ ਨੇ ਟਵੀਟ ਕੀਤਾ ਤੇ ਲਿਖਿਆ, ਜੇਕਰ ਪੰਜਾਬ ਦੇ ਖਜ਼ਾਨੇ ਨੂੰ ਹੈਲੀਕਾਪਟਰ ਉਡਾਉਣਾ ਤੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਤੇ ਕੇਜਰੀਵਾਲ ਜੀ ਦੇ 5-star ਹੋਟਲ ਸਟੇ ਤੇ ਉਡਾਇਆ ਜਾਵੇਗਾ ਤਾਂ ਵਿੱਤੀ ਸੰਕਟ ਆਵੇਗਾ ਹੀ। ਆਪ ਪੰਜਾਬ ਬਿਨਾਂ ਵਿਜ਼ਨ ਅਤੇ ਬਿਨਾਂ ਐਕਸ਼ਨ ਪਲਾਨ ਦੇ ਚਲਾ ਰਹੀ ਹੈ। ਪੰਜਾਬ ਵਿੱਚ ਕਿਸੇ ਮਹਿਲਾ ਨੂੰ ਹੁਣ ਤੱਕ 1000 ਰੁਪਏ ਪ੍ਰਤੀ ਮਹੀਨਾ ਨਹੀਂ ਮਿਲਿਆ। ਆਪ ਪੰਜਾਬ ਨੇ ਨਾ ਚੋਣਾਂ ਵਿੱਚ ਕੀਤੇ ਵਾਅਦੇ ਪੂਰੇ ਕੀਤੇ, ਨਾ ਰੇਤ ਮਾਫੀਆ ਖਿਲਾਫ਼ ਐਕਸ਼ਨ ਲਿਆ। ਬਸ ਪੰਜਾਬ ਸਰਕਾਰ ਕਰਜ਼ੇ ਤੇ ਕਰਜ਼ਾ ਲਈ ਜਾ ਰਹੀ ਹੈ।